सब्सक्राइब कीजिए हमारे चैनल को हमारी नई वीडियो को सबसे पहले देखने के लिए और बेल आइकॉन को प्रेस कीजिए। कितने के जानवर है सारे ए? हाँ तीन ढाई सौ बन जाती है। ढाई सौ तीन सौ? हाँ तेरी कल दी नहीं नहीं ये वाह घर दी है थोड़े थोड़े घर दी है। अच्छा हाँ जी एक किसी दी दस किसी दी पंद्रह किसी दी भी कुछ बस ये तुसी पैसे लेके चार दे नहीं नहीं ये जावां दे हाथ लई वजे हैं जावां दे हाथ। अच्छा हाथ हाथ हाँ जावां दे हाथ ठीक हो गया। तो तुसी तीन जने रल के कम कर दे? हाँ तीन जने होर ही छेड़ू इन पाया छेड़ू वाह मैं चलाऊँ थोड़ी थोड़ी बार रल लई वजे हैं। तो भेड़ा ही ज़्यादा बकरियां नहीं है? हाँ जी बकरियां हैं पईयां होया बड़ी वजी पर भेड़ दे विच फायदा ज़्यादा बकरी दे विच फायदा ज़्यादा? फायदा तो बकरी की है बकरी थाम बड़ी मंगती है पट्ठा नहीं है ना? हाँ जी पट्ठा कोई नहीं कैसा शायद है कोई नहीं। अच्छा पट्ठे की कमी की वजह तो तुम यह रखी हुई ने? हाँ जी हाँ जी। अच्छा जी पट्ठा हो तो फिर बकरी बारे चा? हाँ हाँ हैं हाँ पट्ठा हो तो बकरी बारे से भुख हो तो मुड़े ਐ ਪਾਠ ਪੂਰ ਤੇ ਗੁਜ਼ਾਰਾ ਯੁੱਧ ਕਰ ਲੈਣੀ ਬੱਕਰੀਆਂ ਰੁੱਖਾਂ ਨੂੰ ਚੰਬੜਦੀਆਂ ਨਾ? ਹਾਂ ਹਾਂ ਬੱਕਰੀਆਂ ਰੁੱਖਾਂ ਹਾਂ ਤੇ ਫਿਰ ਤਾਂ ਅਗਲਾ ਨਿੱਕਾ ਨਿੱਕਾ ਪਾਠ ਖੋ ਤੇ ਗੁਜ਼ਾਰਾ ਸ਼ੁਦੀ ਕਰ ਲੈਣੀ। ਸਹੀ ਤੇ ਤੁਸੀਂ ਉਹ ਦਰਿਆ ਵਾਲੀ ਸਾਈਡ ਤੇ ਕੋਈ ਜ਼ਮੀਨ ਲਾ ਲਓ ਥੋੜੀ ਬਹੁਤੀ ਉਧਰ ਆਪਦੇ ਪੱਠੇ ਗੁਜਾਇਸ ਕੋਈ ਨਹੀਂ ਦਸ ਦਸ ਪਾਰੂ ਨਾ ਆਪਦੇ ਜ਼ਮੀਨ ਕਿੱਥੋਂ ਲਈਏ? ਅੱਛਾ ਹਾਂਜੀ ਜ਼ਮੀਨ ਦੀ ਗੁਜਾਇਸ ਕੋਈ ਨਹੀਂ ਦਸ ਦਸ ਪਾਰੂ ਕਿਸੇ ਦੇ 15 ਕਿਸੇ ਦੇ 5 ਇਹ ਚਰਾਈ ਦੇ ਆ? ਹਾਂਜੀ ਹਾਂਜੀ। ਇਹ ਭੇਡਾਂ ਕਿੰਨੇ ਬੱਚੇ ਦਿੰਦੀਆਂ ਨੇ ਮਤਲਬ 6 ਸਾਲ ਚ ਕਿੰਨੇ ਦੇ ਦਿੰਦੀ ਇੱਕ ਭੇਡ? ਸਾਲ ਦੇ 2 ਸੂਏ ਸੂ ਜਾਂਦੀ ਰਾਜ ਹੋਵੇ ਤਾਂ ਤੇ ਬੱਚੇ ਬੱਚੇ ਇੱਕ ਦਿੰਦੀ ਇੱਕ ਬੱਚਾ ਕੋਈ ਵਿੱਚ ਵਿਰਲੀ 2 ਦਿੰਦੀ ਨਹੀਂ ਤੇ ਇੱਕ ਇੱਕ ਦਿੰਦੀ ਹੈ। ਅੱਛਾ ਹਾਂਜੀ ਸਾਡੀਆਂ ਤਸਵੀਰਾਂ ਕਿੱਥੇ ਲਾ ਇਹ ਪੂਰੀ ਦੁਨੀਆ ਨੇ ਦੇਖਣੀਆਂ ਨੇ ਇਹ ਮਾਲ ਜਿਹੜਾ ਹੈ ਨਾ ਮਾਲ ਦੇ ਲੋਕ ਦੁਨੀਆ ਬਹੁਤ ਜ਼ਿਆਦਾ ਦਿਲਚਸਪੀ ਲੈਂਦੇ। ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ। ਇਹ ਬੱਕਰੀ ਦੋਗਲੀ ਆ? ਹਾਂਜੀ ਖਾਸ ਦੇਸੀ ਨਹੀਂ ਦੋਗਲੀ ਨਾ ਟੈਡੀ ਹੈ ਤੇ ਨਾ ਦੋਗਲੀ ਦੇਸੀ ਹੈ ਭਾਈ ਦੋਗਲੀ। ਦੁੱਧ ਕਿੰਨਾ ਦੇ ਦਿੰਦੀ ਇੱਕ ਟਾਈਮ ਦਾ? ਦੁੱਧ ਅਸੀਂ ਤੇ ਚਾਹੁੰਦੇ ਕੋਈ ਨਹੀਂ ਬਜਾਜ ਵੀ ਲੈ ਲੈਂਦੇ। ਅੱਛਾ ਹਾਂਜੀ ਅੱਗੇ ਤੁਰਿਆ ਨਾਲ ਨਾਲ ਫਿਰ ਤੇਰੀ ਆਵਾਜ਼ ਆਏਗੀ ਨਹੀਂ ਤਾਂ ਤੇਰੀ ਆਵਾਜ਼ ਨਹੀਂ ਆਉਣੀ। ਠੀਕ ਠੀਕ ਤੇ ਇਹਨਾਂ ਦੀ ਆ ਉਨ ਜਿਹੜੀ ਆ ਤੁਸੀਂ ਕਹਿੰਦਾ ਦੋ ਦਫਾ ਲਾਉਂਦੇ ਸਾਲ 'ਚ ਇੱਕ ਦਫਾ ਇਹਨਾਂ ਦੀ ਉਨ? ਹਾਂ ਇਹ ਸਾਰੇ ਦੋ ਦਫਾ ਦੋ ਦਫਾ ਉਹ ਮਤਲਬ ਵਾਹਵਾ ਵਿਕ ਜਾਂਦੀ ਵਾਹਵਾ ਬਣ ਜਾਂਦੀ ਇਹਨਾਂ ਭੇਡਾਂ ਦੀ ਉਨ ਬਣਦੀ ਹੈ ਅੱਗੇ ਸਿਆਲੇ ਤੇ ਵਿਕ ਜਾਂਦੀ ਹੈ। ਕਿੰਨੇ ਦੀ ਵਿਕ ਜਾਂਦੀ? ਸਿਆਲੇ 20 ਰੁਪਈਏ ਅਸੀਂ ਬਣਾਈਆਂ ਹਨ ਭੇਡਾਂ ਇੱਕ ਬੇਡ ਦੇ 20 ਰੁਪਈਏ ਉਨ ਕਿੰਨੇ ਦੀ ਵਿਕਦੀ? ਹਾਂ ਉਨ ਦੀ 20 ਰੁਪਈਏ ਅਤੇ ਅੱਛਾ ਇੱਕ ਦੀ ਯਾਨੀ ਕਿ 20 ਰੁਪਏ ਦੀ ਉਨ ਵੇਚੀ ਤੁਸੀਂ? ਹਾਂ ਵੇਚੀ ਅਤੇ ਹੁਣ ਸਾਫ ਕਤਰੀਆਂ ਅੱਛਾ ਆਹ ਮੋਨ ਕਿਉਂ ਸੁੱਟ ਦਿੱਤੀ? ਸੁੱਟ ਦਿੱਤੀ? ਹਾਂਜੀ ਕਿਸੇ ਨਹੀਂ ਲਈ ਕਿਉਂ? ਕੋਈ ਨਹੀਂ ਰੇਟ ਹੀ ਕੋਈ ਨਹੀਂ ਹੈਗਾ ਜੀ ਅਸੀਂ ਮੋਨ ਤੇ ਫਿਰ ਸੁੱਟ ਦਿੱਤੀ। ਅੱਛਾ ਹਾਂਜੀ ਕਿਨਾਂ ਦੀ ਸੁੱਟ ਦਿੱਤੀ ਕਿਨਾਂ ਮੋਨ ਤੇ ਸੁੱਟ ਦਿੱਤੀ ਜੇ ਕਈ ਆਏ ਤਾਂ ਹੱਥ 20 ਰੁਪਈਏ ਲੈਂਦੇ ਰਹਿਣ ਭੇਡ ਦੀ ਕਤਰਾਈ ਨਾ ਇੱਥੇ ਭੇਡ ਦੀ ਕਤਰਾਈ 20 ਰੁਪਈਏ ਲੈਂਦੇ ਰਹਿਣ ਕਤਰਾ ਨਾਲ। ਅੱਛਾ 20 ਰੁਪਏ ਕਤਰਾਈ ਲੈਂਦੇ ਰਹਿੰਦੇ। ਹਕੂਮਤ ਵੀ ਤੁਹਾਨੂੰ ਕੁਝ ਦਿੰਦੀ ਹੈ ਕੋਈ ਚੀਜ਼ ਕਿ ਨਹੀਂ? ਹਕੂਮਤ ਕੋਈ ਤੁਹਾਨੂੰ ਰਿਲੀਫ ਨਹੀਂ? ਹਕੂਮਤ ਕੋਈ ਸ਼ਾਇ ਸਾਨੂੰ ਕੋਈ ਨਹੀਂ ਹਕੂਮਤ ਕੋਈ ਸ਼ਾਇ ਨਹੀਂ ਦਿੰਦੀ। ਤੇ ਇਹਦਾ ਗੋਸ਼ਤ ਵਾਹਵਾ ਵਿਕੀ ਜਾਂਦਾ? ਇਹਦਾ ਗੋਸ਼ਤ ਇਹਦਾ ਜਿਹੜਾ ਹੈ ਵੀ ਸਾਡੇ ਕੋਲ ਤਾਂ ਵਪਾਰੀ ਲੈ ਜਾਂਦੇ ਨੇ ਕੋਈ ਪਾਰੂ ਇੱਕ ਅੱਧਾ। ਅੱਛਾ ਲੋੜ ਹੋਵੇ ਤਾਂ ਵੇਚਦੇ ਹੈ। ਅੱਛਾ ਹਾਂਜੀ ਯਾਨੀ ਕਿ ਸੌਖੀ ਪਲ ਜਾਂਦੀ ਤੁਹਾਡੇ ਹਿਸਾਬ ਨਾਲ? ਹਾਂ ਪਲ ਸੌਖੀ ਜਾਂਦੀ ਹੈ ਬੱਕਰੀ ਦੇ ਹਿਸਾਬ ਨਾਲ ਸੌਖੀ ਪਲ ਜਾਂਦੀ? ਹਾਂ ਬੱਕਰੀ ਔਖੀ ਪਲਦੀ ਹੈ ਸੌਖੀ ਪਲ ਜਾਂਦੀ ਹੈ। ਹੁਣ ਸਵੇਰ ਦੀਆਂ ਤੋਰੀਆਂ ਤੋਰ ਬਹਾਈਆਂ ਨਹੀਂ ਬੇ ਰਜਣੀਆਂ ਨੇ। ਅੱਛਾ ਭੁੱਖੇ ਪਈ ਨਾ ਸਵੇਰ ਦੀ ਬਸ ਦਰੀ ਪੱਠ ਖੋ ਤੇ ਗੁਜ਼ਾਰਾ ਬਸ ਕਰਦੀ ਕਿਹੜੇ ਆ ਲੈ ਲਾ ਦੀ ਤਸਵੀਰਾਂ ਛੇਕ ਲੈ ਛੇਕੀ ਆ ਮੁੰਨੇ ਇਹਦੇ ਨਾਲ ਬਹਿ ਜਾ ਉਹ ਤਾਂ ਮੂੰਹ ਘਰ ਦੀ ਜਾਂਦੇ ਥੱਲੇ ਮੂੰਹ ਕੀਤੀ ਜਾਂਦੇ ਸ਼ਰਮਾ ਰਿਹਾ ਲੱਗਦਾ। ਹਾਂਜੀ